ਕੋਰਟ ਮਾਰਸ਼ਲ ਹੋ ਰਿਹਾ ਸਰ, ਕੋਰਟ ਮਾਰਸ਼ਲ ਹੋ ਰਿਹਾ, ਔਰ ਕਿਹਦਾ ਹੋ ਰਿਹਾ ਸਰ, ਜਨਰਲ ਫੈਜ਼ ਹਮੀਦ ਦਾ। ਇਸ ਤੋਂ ਹੋ ਰਿਹਾ ਕਿ ਉਹਨੇ ਆਪਣੇ ਇਖਤਿਆਰਾਂ ਤੋਂ ਤਜਾਵਜ਼ ਕੀਤਾ, ਉਸ ਬੰਦੇ ਨੇ ਸਿਆਸੀ ਸਰਗਰਮੀਆਂ ਦੇ ਵਿੱਚ ਹਿੱਸਾ ਲਿਆ, ਔਰ ਕੌਣ ਲੋਕ ਕਰ ਰਿਹਾ ਜਿਨ੍ਹਾਂ ਨੇ ਪਾਕਿਸਤਾਨ ਪੂਰੇ ਦੀਆਂ ਸਿਆਸੀ ਸਰਗਰਮੀਆਂ ਦਾ ਬੇੜਾ ਗਰਕ ਕੀਤਾ, ਲੋਕਾਂ ਦਾ ਸਕੂਨ ਇਹਨਾਂ ਨੇ ਖੋਇਆ, ਲੋਕਾਂ ਦੇ ਬੱਚਿਆਂ ਨੂੰ ਮਾਰਿਆ, ਔਰ ਪੂਰੇ ਪਾਕਿਸਤਾਨ ਨੂੰ ਇਹਨਾਂ ਨੇ ਫੋਰਸ ਕੀਤਾ ਕਿ ਆਪਣੇ ਇਖਤਿਆਰਾਂ ਤੋਂ ਤਜਾਵਜ਼ ਕਰਨ। ਹਰ ਅਫਸਰ ਇਸ ਟਾਈਮ ਜਿਹੜਾ ਇਮਾਨਦਾਰ ਬੈਠਾ ਜੇ, ਉਹ ਕੰਮ ਨਹੀਂ ਕਰ ਸਕਦਾ ਇਹਨਾਂ ਦੀ ਵਜ੍ਹਾ ਤੋਂ। ਇਹਨਾਂ ਨੇ ਕੋਈ ਮੁਲਕ ਦਾ ਅਦਾਰਾ ਨਹੀਂ ਛੱਡਿਆ, ਲੇਕਿਨ ਆਪਣੇ ਅਦਾਰੇ ਦੇ ਵਿੱਚ ਕੀ ਹੋ ਰਿਹਾ, ਆਪਣੇ ਅਦਾਰੇ 'ਚ ਇਹ ਹੋ ਰਿਹਾ ਕਿ ਇਖਤਿਆਰਾਂ ਤੋਂ ਤਜਾਵਜ਼। ਸਾਡੇ ਮੁਲਕ ਦਾ ਜਿਹੜਾ ਅਦਾਰਾ ਜੇ, ਜਿਹਦਾ ਸਾਡੇ ਨਾਲ ਤਲਕ ਹੈ, ਉਹਦੇ ਵਿੱਚ ਇਹਨਾਂ ਨੇ ਫਾਰਮ 47 ਦੀ ਹਕੂਮਤ ਬਣਾਈ। 8 ਫਰਵਰੀ ਦਾ ਜਿਹੜਾ ਸਾਡਾ ਇਲੈਕਸ਼ਨ ਸੀ, ਲੋਕਾਂ ਨੇ ਬਾਹਰ ਨਿਕਲ ਕੇ ਆਪਣੇ ਮਾਂ ਬਾਪ ਨੂੰ ਲੈ ਕੇ ਇੱਕ ਬੰਦੇ ਨੂੰ ਵੋਟ ਪਾਇਆ, ਉਹਨੂੰ ਜੇਲ੍ਹ ਦੇ ਵਿੱਚ ਸੁੱਟ ਛੱਡਿਆ, ਔਰ ਕੋਰਟ ਮਾਰਸ਼ਲ ਕਿਹਦਾ ਕਰ ਰਹੇ, ਇਖਤਿਆਰਾਂ ਤੋਂ ਤਜਾਵਜ਼ ਕੀਤਾ ਹੈ ਇਸ ਬੰਦੇ ਨੇ। ਸਭ ਸਾਰਾ ਫਰਾਡ, ਸਾਰਾ ਫਰਾਡ ਹੈ। 25 ਨਵੰਬਰ ਦਾ ਹਿਸਾਬ ਲਓ, 8 ਫਰਵਰੀ ਨੂੰ ਤੁਸੀਂ ਸਿਆਸੀ ਸਰਗਰਮੀਆਂ ਦੇ ਵਿੱਚ ਹਿੱਸਾ ਲੈ ਕੇ ਪਾਕਿਸਤਾਨ ਦਾ ਵੋਟ ਚੋਰੀ ਕੀਤਾ, ਔਰ ਤੁਹਾਡਾ ਉਹੀ ਹਾਲ ਹੋਣਾ ਚਾਹੀਦਾ ਜੋ ਬਸ਼ਾਰੁਲ ਅਸਦ ਦਾ ਹੋਇਆ। ਇਹ ਲੋਕ ਇਤਨੇ ਕੋਈ ਅਜੀਬੋ ਗਰੀਬ, ਮੈਂ ਕੀ ਕਹਾਂ ਯਾਰ।